ਹਾਂਜੀ ਬਾਈ, ਸ਼ਬਦ ਹੈ ਕਬੀਰ ਜੀ ਦਾ ਭੈਰੋ ਰਾਗ ਚ। ਕਹਿੰਦੇ 70 ਸੈ ਸਲਾਰ ਹੈ ਜਾ ਕੇ, 1.25 ਲੱਖ ਪੈਗੰਬਰ ਤਾਂ ਕੇ। ਇਹ ਮਨੌਤ ਹੈਗੀ ਹੈ ਇਸਲਾਮ ਧਰਮ ਦੀ। ਕਬੀਰ ਨੇ ਸੁਣੀ ਹੈ ਗੱਲ, ਕਬੀਰ ਉਹਨਾਂ ਨਾਲ ਗੱਲ ਕਰ ਰਿਹਾ, ਸਿਰਫ ਮੁਸਲਮਾਨਾਂ ਨੂੰ ਦੱਸ ਰਿਹਾ ਵੀ ਜਿਹਦੇ 70 ਸੈ ਸਾਲਾਰ ਸਿਪਾ ਸਾਲਾਰ ਨੇ, ਫੌਜ ਦੇ ਜਿਹੜੇ ਜਰਨੈਲ ਹੁੰਦੇ ਨੇ ਉਹਨੂੰ ਸਾਲਾਰ ਕਹਿੰਦੇ ਨੇ, ਹੈਡ ਨੂੰ ਸਿਪਾ ਸਾਲਾਰ ਕਹਿੰਦੇ ਨੇ, ਸਾਲਾਰ ਛੋਟੇ ਜਰਨੈਲ ਹੁੰਦੇ ਨੇ। ਸਲਾਰ ਕਹਿੰਦੇ 70 ਸਾਈ ਸਾਲਾਰ ਹੈ ਜਾ ਕੇ। ਹੁਣ ਕਿਸੇ ਨੇ 70-100 ਲਿਖ ਦਿੱਤਾ, 7000 ਲਿਖ ਦਿੱਤਾ, ਕਿਸੇ ਨੇ ਕੋਈ ਇਹਨੂੰ 70000 ਮੰਨਦਾ। ਵੈਸੇ 70000 ਮੰਨਣਾ ਹੀ ਯੋਗ ਹੈ, 7000 ਲਿਖਿਆ ਹੋਣਾ ਚਾਹੀਦਾ ਸੀ। 9 ਤੱਕ ਤਾਂ 100 ਅਸੀਂ ਕਹਿ ਸਕਦੇ ਹਾਂ, 9 ਤੋਂ ਬਾਅਦ ਫਿਰ 1000 ਕਹਾਂਗੇ ਅਸੀਂ। 70-100 ਨਹੀਂ ਕਿਹਾ ਜਾ ਸਕਦਾ, 7000 ਕਿਹਾ ਜਾਣਾ ਚਾਹੀਦਾ ਸੀ। ਫਿਰ ਸੈ ਇਕੱਲਾ ਹੁੰਦਾ, ਉਹ ਵੀ ਹੈ ਸਹਿਜ ਜਦ ਲੱਗ ਜਾਂਦਾ ਫਿਰ 1000 ਬਣ ਜਾਂਦਾ। ਇਹ ਈੜੀ ਦੀ ਜਿਹੜੀ ਸੈਂਸ ਹੈ ਉਹ ਹਾਏ ਦੇ ਨਾਲ ਜੇ ਆਪਾਂ ਰਲਾਈਏ, ਹਾਏ ਨੂੰ ਈੜੀ ਦੀ ਜਗ੍ਹਾ ਦੇਈਏ, ਜਿਵੇਂ ਕਿ ਨਿਯਮ ਹੈ, ਤਾਂ 1000 ਇਹ ਬਣਦਾ। ਚਲੋ ਕੁਛ ਵੀ ਹੈ, ਮਨੌਤ ਇਸਲਾਮ ਦੀ ਹੈ। 70000 ਜਿਹਦੇ ਸੈਨਾਪਤੀ ਨੇ, 1.25 ਲੱਖ ਪੈਗੰਬਰ, 1.25 ਲੱਖ ਉਹਦੇ ਪੈਗੰਬਰ ਨੇ। ਪੈਗੰਬਰ ਹੁੰਦੇ ਨੇ ਉਪਦੇਸ਼ ਕਰਨ ਵਾਲੇ, ਸੈਨਾਪਤੀ ਹੁੰਦੇ ਨੇ ਰਾਜ ਕਾਇਮ ਕਰਨ ਵਾਲੇ ਇਸਲਾਮ ਦੇ। ਇਸਲਾਮ ਰਾਜ ਦਾ ਹਮੀ ਹੈ, ਇਹਦਾ ਮਤਲਬ ਇਹ ਹੈ। ਇਸਲਾਮ ਦਾ ਰਾਜ ਕਾਇਮ ਕਰਨ ਖਾਤਰ, ਇਸਲਾਮ ਨੂੰ ਫੈਲਾਉਣ ਵਾਸਤੇ ਜਿਹੜੇ ਜੰਗਾਂ ਕਰਦੇ ਨੇ ਉਹ ਸਾਲਾਰ ਨੇ, ਪੈਗੰਬਰ ਨੇ ਉਪਦੇਸ਼ ਕਰਨ ਵਾਲੇ। ਉਹ ਲੋਕਾਂ ਨੂੰ ਪਹਿਲਾਂ ਮੁਲਕ ਫਤਿਹ ਕਰਦੇ ਨੇ, ਫਿਰ ਉਹ ਲੋਕਾਂ ਨੂੰ ਭਾਸ਼ਣ ਕਰਕੇ ਸਮਝਾ ਕੇ ਯਾਨੀ ਇਸਲਾਮ ਕਬੂਲ ਕਰਵਾਉਂਦੇ ਨੇ। ਸੇਖ ਜੋ ਕਹੀ ਹੈ ਕੋਟ 88, ਜਿਹੜੇ ਸ਼ੇਖ ਨੇ ਉਦੋਂ ਥੱਲੇ ਹੋਰ ਸ਼ੇਖ ਸੱਯਦ, ਇਹ ਪ੍ਰਚਾਰਕ ਨੇ, ਜਿਵੇਂ ਸਾਡੇ ਪੰਡਿਤ ਨੇ ਉਹਨਾਂ ਦੇ ਸ਼ੇਖ ਨੇ, ਪੰਡਿਤ ਨੇ ਉਹ ਤਾਂ ਜਿਹੜੇ ਨੇ ਪੂਰੇ 88 ਕਰੋੜ ਨੇ ਸ਼ੇਖ, ਉਹ 88 ਕਰੋੜ ਸ਼ੇਖ ਨੇ ਉਹਨਾਂ ਦੇ, ਉਹਦੇ ਥੱਲੇ ਹੋਰ ਨੈਟਵਰਕ ਹੈ ਨਾ ਪੂਰਾ, ਪੂਰਾ ਨੈਟਵਰਕ ਹੈ ਜਿਹੜੇ ਹਰ ਗਲੀ ਗਲੀ ਮੁਹੱਲੇ ਮੁਹੱਲੇ 'ਚ ਲੋਕਾਂ ਨੂੰ ਉਪਦੇਸ਼ ਕਰਨ ਵਾਲੇ ਨੇ ਇਸਲਾਮ ਦਾ, ਇਸਲਾਮ ਦੇ ਦਾਇਰੇ 'ਚ ਚੰਗਾ ਮੁਸਲਮਾਨ ਬਣਾਉਣ ਵਾਸਤੇ, ਆਦਮੀ ਨੂੰ ਹੱਕ ਸੱਚ 'ਤੇ ਲਿਆਉਣ ਵਾਲੇ ਨੇ, ਮੂਮਿਨ ਬਣਾਉਣ ਵਾਸਤੇ। ਮੁਸਲਮਾਨ ਇੱਕ ਨੇਕ ਇਨਸਾਨ ਨੂੰ ਮੁਸਲਮਾਨ ਕਹਿੰਦੇ ਨੇ, ਜਿਹਦਾ ਮੁਸਲਮਾਨ ਹੋਇਆ ਜਿਹਦਾ ਮੋਮ ਵਰਗਾ ਦਿਲ ਹੈ, ਉਹ ਇੰਨੇ ਨੇ ਉਹਦੇ ਘਰ। ਹਾਂਜੀ, 56 ਕੋਟ ਜਾ ਕੇ ਖੇਲ ਖਾਨਾ, ਖੇਲ ਖਾਸੀ, ਖੇਲ ਖਾਸੀ। 56 ਕਰੋੜ ਜਿਹੜੇ ਨੇ ਲੋਕ ਉਹਦੇ, ਆ ਜਿਹੜੇ ਦੁਨੀਆ ਦੇ ਵਿੱਚ ਜਿਹਨਾਂ ਨੂੰ ਉਹ ਅੰਨ ਪਾਣੀ ਦਿੰਦਾ, 56 ਕਰੋੜ ਉਹ ਕਿੱਥੇ ਹੈ? ਉਹ 88 ਕਰੋੜ ਲਿਖਿਆ ਪਹਿਲਾਂ, 88 ਕਰੋੜ ਤਾਂ ਉਹ ਸ਼ੇਖ ਹੋ ਗਏ,
ਸ਼ੇਖ ਜੇ 88 ਕਰੋੜ ਨੇ ਤਾਂ 56 ਕਰੋੜ ਜਿਹੜੇ ਨੇ ਇਹ ਤਾਂ 88 ਕਰੋੜ ਨਾਲ ਘੱਟ ਗਏ। ਇਹਦਾ ਮਤਲਬ ਉਪਦੇਸ਼ ਕਰਨ ਵਾਲੇ ਜ਼ਿਆਦਾ ਨੇ, ਉਪਦੇਸ਼ ਸੁਣਨ ਵਾਲੇ ਘੱਟ ਨੇ। ਜਦਕਿ ਉਪਦੇਸ਼ ਕਰਨ ਵਾਲੇ ਘੱਟ ਹੁੰਦੇ ਨੇ, ਉਪਦੇਸ਼ ਸੁਣਨ ਵਾਲੇ ਜ਼ਿਆਦਾ ਹੁੰਦੇ ਨੇ। ਚਲੋ ਉਹਨਾਂ ਦਾ ਲਿਖਿਆ ਹੋਇਆ ਜੋ ਵੀ ਕੁਛ ਹੈ, ਉਹਨਾਂ ਦਾ ਲਿਖਿਆ ਹੋਇਆ ਹੈ, ਉਹਨਾਂ ਦੀ ਮਨੌਤ ਹੈ, ਸਾਨੂੰ ਇਹਦੇ ਥਾਈ ਕੋਈ ਲੈਣਾ ਦੇਣਾ ਨਹੀਂ। ਉਹਨਾਂ ਦੀ ਗਿਣਤੀ ਹੈ, ਸਾਨੂੰ ਇਹਦੇ ਥਾਈ ਕੋਈ ਟਿੱਪਣੀ ਕਰਨ ਦੀ ਲੋੜ ਨਹੀਂ। ਉਹਨਾਂ ਦੀ ਮਨੌਤ ਹੈ, ਕਿਸ ਐਂਗਲ ਤੋਂ ਉਹਨਾਂ ਨੇ ਲਿਖਿਆ ਉਹ ਜਾਣਦੇ ਨੇ ਇਸ ਗੱਲ ਨੂੰ। ਜਿਹੜੇ ਖੇਲ ਖਾਸੀ ਨੇ ਭਾਈ, ਉਹਨਾਂ ਦੇ ਮਤਲਬ ਸਟੂਡੈਂਟ ਨੇ ਜਿਹੜੇ ਪੜ੍ਹਨ ਆਏ ਆ, ਜਿਹਨਾਂ ਨੂੰ ਰੋਜ਼ੀ ਰੋਟੀ ਦੁਨੀਆਂ ਦੇ ਲੋਕ ਨੇ ਸਾਰੇ, ਠੀਕ ਹੈ, ਖੇਲਣ ਆਏ ਨੇ ਜਿਹੜੇ ਖੇਡ ਸੰਸਾਰ ਦੀ, ਔਰ ਖਾਣਾ ਪੀਣਾ ਖਾਂਦੇ ਨੇ ਉਹਦਾ ਦਿੱਤਾ ਹੋਇਆ ਖੇਲ ਖਾਸੀ। ਚਾਹੇ ਉਹ ਅੰਨ ਪਾਣੀ ਖਾਂਦੇ ਨੇ ਸਰੀਰ ਕਰਕੇ ਭੋਜਨ ਲੈਂਦੇ ਨੇ, ਚਾਹੇ ਉਹ ਗਿਆਨ ਦਾ ਭੋਜਨ ਲੈਂਦੇ ਨੇ। ਠੀਕ, 88 ਕਰੋੜ ਹੈ ਜਿਹੜਾ, ਉਹ ਗਿਆਨ ਦੇ ਰਿਹਾ ਨਾ ਸਾਰਿਆਂ ਨੂੰ, ਗਿਆਨ ਦੇ ਰਿਹਾ ਨਾ। ਇਹ ਤਾਂ 88 ਕਰੋੜ ਤਾਂ ਵੀ ਨਹੀਂ ਬਣਦੇ, ਇੱਕ ਤਾਂ ਅੰਦਰੇ ਬੈਠਾ ਸਤਿਗੁਰ ਸਾਰਿਆਂ ਦੇ, ਇਕੱਲੇ ਇਕੱਲੇ ਦੇ। ਜੇ 56 ਕਰੋੜ ਨੇ, 56 ਕਰੋੜ ਤਾਂ ਸਤਿਗੁਰ ਅੰਦਰੇ ਬੈਠਾ, ਉਹ ਤਾਂ ਹੋ ਗਿਆ। 88 ਕਰੋੜ ਫਿਰ ਦੇ ਵਿੱਚੋਂ 56 ਕਰੋੜ ਜੇ ਕੱਢ ਦਈਏ ਫਿਰ 33 ਕਰੋੜ ਵੱਜਦਾ, 33 ਵੱਜਦਾ, 32 ਨਹੀਂ 33 ਬਚੂ, ਹਾਂ 32 ਕਰੋੜ ਬਚਿਆ। ਫਿਰ 32 ਕਰੋੜ ਅਸਲ ਦੇ ਵਿੱਚ ਬਾਹਰੋਂ ਉਪਦੇਸ਼ ਕਰਨ ਵਾਲਾ ਹੈ, ਬਾਹਰ ਉਪਦੇਸ਼ ਕਰਨ ਵਾਲਾ 32 ਕਰੋੜ ਹੈ, ਅੰਤਰ ਆਤਮਾ ਵੀ ਤਾਂ ਉਹਦੀ ਸੱਚ ਨੂੰ ਮੰਨਣ ਵਾਲੀ ਹੈ। ਇਸ ਤਰੀਕੇ ਨਾਲ ਉਹਨਾਂ ਨੇ ਲਿਖਿਆ ਹੋਊਗਾ। ਵੈਸੇ ਗਲਤੀ ਨਹੀਂ ਹੈ ਵੀ ਉਹਨਾਂ ਨੇ ਐਵੇਂ ਗੱਪ ਮਾਰੀ ਹੋਈ ਹੈ, ਐਂ ਤਾਂ ਸਿਆਣੇ ਨੇ ਬੰਦੇ ਸਾਰੇ ਬੈਠੇ, ਕੋਈ ਵੀ ਇੱਥੇ ਪੁੱਜਣ ਵਾਲੀ ਗੱਲ ਹੈ ਥੋੜ੍ਹੀ ਜੀ। ਆਦਮੀ ਦੀ ਆਪਣੀ ਆਤਮਾ ਵੀ ਤਾਂ ਸੱਚ 'ਤੇ ਖੜੀ ਹੈ, ਕੁਛ ਗੱਲ ਬਾਹਰਲਾ ਕਹਿੰਦਾ ਕੋ ਤੇਰੇ ਅੰਦਰਲਾ। ਜਿਹੜਾ ਸ਼ੈਤਾਨ ਮਨ ਹੈ, ਸ਼ੈਤਾਨ ਦੀ ਆਬਾਦੀ 56 ਕਰੋੜ ਹੈ, 56 ਹੀ ਕਰੋੜ ਇਨਸਾਨ ਹੈ ਅੰਦਰ ਬੈਠਾ, ਅੰਦਰਲਾ ਇਨਸਾਨ 56 ਹੀ ਕਰੋੜ ਬਾਹਰ ਸ਼ੈਤਾਨ ਹੈ, ਹੈਵਾਨ ਹੈ, 56 ਹੀ ਕਰੋੜ ਇਨਸਾਨ ਹੈ, ਇੱਕ ਦੇ ਦੋ ਹਿੱਸੇ ਹੋਏ ਨੇ। ਜਿਹੜੇ ਬਾਹਰ 32 ਕਰੋੜ ਨੇ, ਜੇ ਉਹ ਅੰਦਰਲੇ 56 ਬਾਹਰਲੇ 32 ਰਾਡਣ ਫਿਰ ਹਾਵੀ ਹੋ ਜਾਂਦੇ, ਫਿਰ ਹਾਵੀ ਹੋ ਜਾਣਗੇ, ਹਾਵੀ ਹੋ ਸਕਦੇ ਨੇ, ਲੇਕਿਨ ਅੰਦਰਲਾ ਬਾਹਰਲੇ ਦਾ ਸਾਥ ਦਿੰਦਾ ਨਹੀਂ। ਜਿਹੜਾ ਅੰਦਰਲਾ ਇਨਸਾਨ ਹੈ ਉਹ ਜਾਗਦਾ ਨਹੀਂ, ਸੁੱਤਾ ਪਿਆ, ਉਹ ਅੰਦਰਲੇ ਨੂੰ ਜਗਾ ਰਹੀ ਹੈ ਬਾਣੀ, ਜਾਗ ਲਿਓ ਰੇ ਮਨਾ ਜਾਗ, ਅੰਤਰ ਸੋਈ ਸੋਈ ਜਾਗੀ, ਜਿਹੜੀ ਸੁੱਤੀ ਪਈ ਹੈ ਅੰਦਰਲੀ ਸੱਚ ਦੀ ਆਤਮਾ ਉਹਨੂੰ ਜਗਾ ਰਹੀ, ਵੀ ਤੂੰ ਆਪਣਾ ਫਰਜ਼ ਜਿਹੜੇ ਕੰਮ ਆਇਆ ਉਹ ਕੰਮ ਲੱਗ। ਇਹ ਮੰਨਤਾ ਸ਼ੈਤਾਨ ਨੇ ਤਾਂ ਤੈਨੂੰ ਹੋਰੇ ਪਾਸੇ ਲਾਇਆ ਹੋਇਆ, ਫਿਰ ਇਹ ਸਵਾਲ ਥੋੜ੍ਹਾ ਜਿਹਾ ਠੀਕ ਆ ਜਾਂਦਾ। ਹਾਂ, ਮੋਹ ਗਰੀਬ ਕੀ ਕੋ ਗੁਜਰਾਵਾ, ਹਾਂ ਮੇਰੇ ਗਰੀਬ ਦੇ ਵੀ ਗੁਜਰਾਨ ਹੋਈ ਜਾਂਦੀ ਹੈ, ਮੈਂ ਤਾਂ ਗਰੀਬ ਹਾਂ, ਜਦ ਇੰਨੇ ਦੇਣ ਵਾਲੇ ਨੇ ਉਪਦੇਸ਼ ਕਰਨ ਵਾਲੇ ਨੇ, ਮੈਨੂੰ ਵੀ ਕੁਛ ਮੇਰਾ ਵੀ ਗੁਜ਼ਾਰਾ ਵਿੱਚੇ ਹੋ ਜੂਗਾ। ਦੇਖੋ ਨਾ, ਜੇ ਮੇਰੇ ਵੀ ਅੰਦਰ ਬਾਹਰ ਜੇ 32 ਕਰੋੜ ਹੈ, ਮੇਰੇ ਵਰਗੇ ਗਰੀਬ ਦਾ ਸਾਰਿਆਂ ਦਾ ਗੁਜ਼ਾਰਾ ਵਧੀਆ ਹੋ ਸਕਦਾ ਫਿਰ ਤਾਂ। ਜੇ ਦੁਨੀਆ ਠੀਕ ਚੱਲੇ, ਇਸਲਾਮ 'ਤੇ ਚੱਲੇ, ਫਿਰ ਤਾਂ ਕੋਈ ਕਿਸੇ ਨੂੰ ਤਕਲੀਫ ਹੀ ਨਹੀਂ ਹੈ, ਫਿਰ ਤਾਂ ਕਿਸੇ ਨੂੰ ਕੋਈ ਤਕਲੀਫ ਨਹੀਂ ਬਾਹਰ ਹੋ ਸਕਦੀ। ਇਸ ਕਰਕੇ ਇਸਲਾਮ ਨੂੰ ਬੁਰਾ ਨਹੀਂ ਕਿਹਾ ਗੁਰੂ ਨਾਨਕ ਨੇ,
ਗੁਰੂ ਨਾਨਕ ਨੇ ਕਿਹਾ ਅਸੀਂ ਕਹਿੰਦੇ ਹਾਂ ਮੁਸਲਮਾਨ, ਕਹਿੰਦੇ ਨੇ ਸਾਰੇ ਅਸੀਂ ਹੈਗੇ ਹਾਂ, ਉਹ ਭਾਈ ਮੁਸਲਮਾਨ ਕਹਾਵਣ ਮੁਸ਼ਕਲ ਹੈ, ਹੋਏ ਤਾਂ ਮੁਸਲਮਾਨ ਕਹਾਵੇ, ਜੇ ਕੋਈ ਮੁਸਲਮਾਨ ਹੋਵੇ ਤਾਂ ਉਹ ਕਹਾਵੇ, ਮੁਸਲਮਾਨ ਜੇ ਇਮਾਨ 'ਤੇ ਸਾਰੇ ਆ ਜਾਣ ਫਿਰ ਤਾਂ ਕੋਈ ਝਗੜਾ ਹੀ ਨਹੀਂ ਰਹਿ ਜਾਂਦਾ ਸੰਸਾਰ 'ਚ, ਇਸਲਾਮ ਕਬੂਲ ਕਰ ਲੈਣ ਸਾਰੇ, ਕੋਈ ਝਗੜਾ ਨਹੀਂ ਰਹਿੰਦਾ, ਮੁਸਲਮਾਨ ਅਸੀਂ ਹਾਂ ਨਹੀਂ ਕਹਿੰਦੇ ਹਾਂ। ਹਾਂਜੀ, ਮੋਹ ਗਰੀਬ ਕੀ ਕੋ ਗੁਜਰਾਵੈ, ਮਜਲਸੀ ਦੂਰ ਮਹਿਲ ਕੋ ਪਾਵੈ। ਆ ਮਜਲਸ ਬਹੁਤ ਦੂਰ ਹੈ, ਜਿੱਥੇ ਮਜਲਸ ਲੱਗੀ ਹੋਈ ਹੈ ਸੱਚਖੰਡ ਦੂਰ ਹੈ, ਘਰ ਵੀ ਉੱਥੇ ਹੀ ਹੈ, ਮਹਿਲ ਉੱਥੇ ਕਿਵੇਂ ਪਹੁੰਚਿਆ ਜਾਵੇ। ਮੇਰਾ ਮਸਲਾ ਹੈ ਮੈਂ ਆਪਣੇ ਘਰ 'ਚ ਪਹੁੰਚਣਾ ਹੈ, ਬਾੜ ਦੂਰ ਹੈ, ਦੂਰੀ ਬਹੁਤ ਹੈ, ਕਿਵੇਂ ਪਹੁੰਚਿਆ ਜਾਵੇ ਉੱਥੇ। ਸੱਚਖੰਡ ਦੂਰ ਹੈ, ਉੱਥੇ ਮਜਲਸ ਹੈ, ਹਾਂ ਉੱਥੇ ਜਾ ਕੇ ਜਾਣਾ ਨਾ ਜਿੱਥੇ ਸਾਰੇ ਬੈਠੇ, ਉੱਥੇ ਮੇਰਾ ਘਰ ਹੈ, ਮਜਲਸ ਦੂਰ ਹੈ, ਉੱਥੇ ਮੇਰਾ ਮਹਿਲ ਹੈ, ਉੱਥੇ ਮਹਿਲ ਦੇ ਵਿੱਚ ਮਜਲਸ ਹੈ, ਕਿਵੇਂ ਪ੍ਰਾਪਤ ਹੋਵੇ। ਮੇਰਾ ਮਸਲਾ ਇਹ ਹੈ, ਮੇਰਾ ਮਸਲਾ ਖੇਲ ਖਾਣਾ ਨਹੀਂ ਹੈ, ਖੇਲ ਖਾਸੀ ਇੱਥੇ ਖੇਡਣਾ, ਇੱਥੇ ਖਾਣਾ ਪੀਣਾ ਹੀ ਨਹੀਂ ਹੈ। ਇਸਲਾਮ ਦਾ ਇੱਥੇ ਦੀ ਉਹ ਗੱਲ ਹੈ, ਗਾਹਾਂ ਦੀ ਗੱਲ ਹੈ ਨਹੀਂ ਇਸਲਾਮ 'ਚ। ਇੱਥੇ ਜੋ ਉਪਦੇਸ਼ ਹੋ ਰਿਹਾ ਹੈ ਉਹ ਸਿਰਫ ਇੱਥੇ ਰਹਿਣ ਚੰਗਾ ਇਨਸਾਨ ਬਣਨ ਦਾ ਹੀ ਉਪਦੇਸ਼ ਹੈ, ਇੱਥੇ ਚੰਗਾ ਇਨਸਾਨ ਬਣ ਕੇ ਇੱਥੇ ਹੀ ਰਹਿਣਾ। ਮੈਂ ਗਾਹਾਂ ਜਾਣਾ, ਮੇਰਾ ਸਫ਼ਰ ਇਹ ਤੋਂ ਗਾਹਾਂ ਹੈ, ਅੱਗੇ ਹੈ, ਮੇਰਾ ਕਿਵੇਂ ਗੁਜ਼ਾਰਾ ਹੋਵੇ। ਇਹਨਾਂ ਦੇ ਜਿਹੜੇ ਪੈਗੰਬਰ ਨੇ ਇਸਲਾਮ ਦੇ ਵਿੱਚ ਉਹ ਗੱਲ ਹੈ ਨਹੀਂ ਜਿਹੜੀ ਮੈਨੂੰ ਚਾਹੀਦੀ ਹੈ, ਮੇਰੇ ਗੁਜ਼ਾਰਾ ਨਹੀਂ ਹੋਣਾ ਇਸਲਾਮ ਨਾਲ। ਵੀ ਸ਼ੇਖ ਜਾਂ ਪੈਗੰਬਰ ਜੋ ਕਹਿ ਰਹੇ ਹੈ ਇਹ ਮੇਰੇ ਵਾਸਤੇ ਕਾਫੀ ਨਹੀਂ, ਇਹ ਦੋ ਪਦਾਰਥ ਨੇ ਉੱਥੇ, ਮੈਨੂੰ ਚਾਰ ਪਦਾਰਥ ਚਾਹੀਦੇ ਨੇ। ਮੈਂ ਘਰ ਜਾਣਾ, ਘਰ ਦੀ ਗੱਲ ਨਹੀਂ ਕਰ ਰਹੇ, ਇਹ ਤਾਂ ਕਬਰ 'ਚ ਕਹਿੰਦੇ ਨੇ ਕਬਰ 'ਚ ਰਹੂਗਾ ਰੋਜ਼ੇ ਕਿਆਮਤ ਤੱਕ, ਇਹ ਤਾਂ ਕਹਿੰਦੇ ਨੇ ਕਬਰ 'ਚ ਰਹੂਗਾ ਰੋਜ਼ੇ ਕਿਆਮਤ, ਸੱਤ ਜੀਵਨ ਦੀ ਗੱਲ ਨਹੀਂ ਕਰਦੇ। ਮੈਂ ਹੁਣੇ ਘਰ ਜਾਣਾ, ਛੁੱਟੀ ਹੁੰਦੀ ਸਰ, ਮੇਰੇ ਵਾਲਾ ਮਸਲਾ ਇੱਥੇ ਇਹਨਾਂ ਕੋਲ ਹੱਲ ਨਹੀਂ ਹੁੰਦਾ। ਠੀਕ, ਮੇਰਾ ਮਸਲਾ ਕੁਛ ਹੋਰ ਹੈ, ਮੇਰੀ ਲੋੜ ਕੁਛ ਹੋਰ ਹੈ, ਇਹ ਮੇਰੀ ਲੋੜ ਪੂਰੀ ਨਹੀਂ ਕਰਦਾ ਇਸਲਾਮ, ਮੇਰਾ ਗੁਜ਼ਾਰਾ ਨਹੀਂ ਹੈ ਇੱਥੇ ਹੁਣ। ਮਜਲਸ ਆਪਣੇ ਸੱਚਖੰਡ ਨੂੰ ਕਿਹਾ, ਹਾਂ ਸਾਰੇ ਸੱਚਖੰਡ ਦੇ ਜਿਹੜੇ ਬੈਠੇ ਨੇ ਮਜਲਸ ਹੈ ਉਹ। ਠੀਕ ਹੈ, ਰਹਾਓ 33 ਕਰੋੜੀ ਹੈ ਖੇਲਖਾਨਾ, 84 ਲੱਖ ਫਿਰੇ ਦੀਵਾਨਾ। ਉਹ 33-32 ਉਹ 32-33 ਆ ਗਿਆ ਨਾ ਖੇਲਖਾਨਾ, 33 ਕਰੋੜੀ ਹੈ ਖੇਲਖਾਨਾ, 33 ਕਰੋੜ ਖੇਲਖਾਨਾ ਨੇ ਖੇਲਣ ਵਾਲੇ, 33 ਕਰੋੜ ਕਹਿੰਦੇ ਹੈ ਹੈਂ, ਉਹ ਵੀ ਦੇਵਤੇ 33 ਕਰੋੜ ਕਹਿੰਦੇ ਨੇ, ਉਹੀ ਨੇ ਉਧਰ ਵੀ ਸ਼ਾਇਦ ਇਸ਼ਾਰਾ ਕਰ ਰਹੇ ਹੋਣ। ਆਹੋ, ਉਹਨਾਂ ਦੇ 33 ਕਰੋੜ ਦੇਵਤੇ ਨੇ, ਖੇਲਖਾਨਾ ਨੇ ਹਿੰਦੂਆਂ ਦੇ, ਉਹਨਾਂ ਦੇ ਵੀ 33 ਕਰੋੜ ਦੇਵਤੇ ਬਣਾਏ ਹੋਏ ਨੇ ਹਿੰਦੂਆਂ ਦੇ, ਉਹ ਵੀ ਖੇਲਖਾਨਾ ਹੀ ਨੇ, ਉਹ ਵੀ ਜੰਮਣ ਬਣ ਚ ਨੇ, ਖਾਣ ਪੀਣ ਚ ਨੇ, ਉਹ ਵੀ ਸੁੱਖ ਦੁੱਖ ਦੇ ਵਿੱਚ ਹੀ ਨੇ, ਖਾਣ ਪੀਣ ਵਾਲੇ ਹੀ ਨੇ। ਚੰਗਾ ਖਾਣ ਨੂੰ ਮਿਲ ਗਿਆ ਸੁੱਖ ਹੈ, ਸੁਰਗ ਹੈ, ਮਾੜਾ ਮਿਲ ਗਿਆ ਤਾਂ ਨਰਕ ਹੈ। 84 ਲੱਖ ਫਿਰੇ ਦੀਵਾਨਾ, 84 ਲੱਖ ਜਿਹੜੇ ਜੂਨਾਂ 'ਚ ਫਿਰਦੇ ਨੇ ਘੁੰਮਦੇ, ਇਹ ਦੀਵਾਨੇ ਹੋਏ ਨੇ, ਮਾਇਆ ਦੇ ਦੀਵਾਨੇ ਨੇ, ਮਾਇਆ ਕੇ ਦੀਵਾਨੇ, ਪੁਰਾਣੀ ਝੂਠ ਹੋ ਰਹੀ ਭਾਈ, ਇਹ ਝੂਠ ਦੇ ਠਗੇ ਹੋਏ 84 ਲੱਖ ਜੂਨਾਂ 'ਚ ਤੁਰੇ ਫਿਰਦੇ ਨੇ। ਬਾਬਾ ਆਦਮ ਕੋ ਕੁਛ ਨਜ਼ਰ ਦਿਖਾਈ, ਬਾਬਾ ਆਦਮ ਨੂੰ ਕਹਿੰਦੇ ਨੇ ਕੁਛ ਉਹਦੇ ਕਿਰਪਾ ਹੋਈ ਸੀ, ਇਹ ਦੱਸਦੇ ਨੇ ਬਾਬਾ ਆਦਮ ਦੇ ਨੂੰ ਕਹਿੰਦੇ ਬਹੁਤ ਬੜੀ ਕਿਰਪਾ ਹੋਈ ਸੀ ਉਹਦੇ 'ਤੇ, ਜਿਹੜਾ ਇਹਨਾਂ ਦਾ ਬਾਬਾ ਆਦਮ ਹੋਇਆ ਕੋਈ, ਮੇਰਾ ਖਿਆਲ ਹੈ ਉਹ ਬਾਬਾ ਆਦਮ ਹੋਇਆ ਯਹੂਦੀਆਂ ਦਾ, ਐਡਮ, ਐਡਮ, ਅੱਛਾ, ਉੱਥੋਂ ਗੱਲ ਚੱਲਦੀ ਹੈ ਯਹੂਦੀਆਂ ਦਾ ਪਹਿਲਾਂ ਸਭ ਤੋਂ।
ਇਸਲਾਮ ਵਾਲੇ ਤਾਂ ਯਹੂਦੀਆਂ ਦੇ ਵਿੱਚੋਂ ਨਿਕਲੇ ਨੇ। ਇਹ 1400 ਸਾਲ ਦੀ ਗੱਲ ਹੈ, ਉਹ 3000 ਸਾਲ ਪੁਰਾਣਾ। ਸੁਨਤ ਉਹ ਵੀ ਕਰਦੇ ਨੇ, ਸੁਨਤ ਇਹ ਵੀ ਕਰਦੇ ਨੇ। ਇਸਲਾਮ ਉੱਥੇ ਹੀ ਚੱਲਿਆ ਹੋਇਆ ਅਸਲ ਦੇ ਵਿੱਚ। ਬਾਬਾ ਆਦਮ ਕੋ ਕਿਸ ਨਜ਼ਰ ਦਿਖਾਈ, ਉਹਨੂੰ ਵੀ ਭਿਸਤ ਘਨੇਰੀ ਪਾਈ। ਕਹਿੰਦੇ ਉਹਨੇ ਬੜੀ ਭਿਸਤ ਮਿਲੀ ਆ ਉਹਨੂੰ, ਕਹਿੰਦੇ ਭਿਸਤ ਵਿੱਚ ਚਲਿਆ ਗਿਆ, ਬੜੀ ਲੰਬੀ ਭਿਸਤ ਮਿਲੀ ਆ ਉਹਨੂੰ। ਭਿਸਤ ਤਾਂ ਫਿਰ ਕਬਰ 'ਚ ਹੀ ਆ ਜਾਂਦਾ, ਉਹ ਕਬਰ 'ਚ ਭਿਸਤ ਹੋਊ ਉਹਦੀ। ਬੜੀ ਲੰਬੀ ਭਿਸਤ ਪਾਈ ਆ ਉਹਨੇ ਕਬਰ 'ਚ, ਜਿੱਦਾਂ ਹੀ ਬੈਠਾ ਕਬਰ 'ਚ ਬੈਠੂਗਾ ਜਦੋਂ। ਕਹਿੰਦਾ ਵੀ ਰੋਜ਼ੇ ਕਿਆਮਤ ਅਜੇ ਹੋਇਆ ਨੀ, ਫਸੇ ਪਿਆ ਬਜ਼ਾਰਾ ਜੀ, ਅਜੇ ਤਾਂ ਫਿਰ ਉਹ ਭਿਸਤ ਵਿੱਚ ਬੈਠਾ ਉਹ। ਦਿਲ ਖਲ ਹਲ ਜਾ, ਦਿਲ ਖਲ ਹਲ ਜਾ ਕੇ ਜਰਦ ਰੂਹ ਬਾਨੀ। ਦਿਲ ਦੇ ਵਿੱਚ ਜਿੰਨਾ ਚਿਰ ਖਲਬਲੀ ਹੈ, ਸ਼ੰਕਾ ਹੈ ਦਿਲ ਦੇ ਵਿੱਚ ਜਿੰਨਾ ਚਿਰ, ਮਨ ਡੋਲਦਾ ਜਿੰਨਾ ਚਿਰ, ਤਾਂ ਚਿਹਰੇ ਤੇ ਲਾਲੀ ਕਿਵੇਂ ਆਜੂ? ਜਰਦੀ ਰਹੂਗੀ, ਫਿਕਰ ਰਹੂਗਾ, ਚਿੰਤਾ ਚ ਰਹੂਗਾ। ਜਰਦ ਰੂਹ ਬਾਨੀ, ਰੂਹ ਜਿਹੜੀ ਹੈ ਪੀਲੀ ਰਹੂਗੀ, ਉਹ ਫਿੱਕਾ ਰਹੂਗਾ, ਰੰਗ ਨਹੀਂ ਲਹੂ ਉਹਦਾ। ਨਾਨਕ ਲਾਲੋ ਲਾਲ ਹੈ ਸੱਚੇ ਦਿੱਤਾ ਸੱਚ, ਸੱਚ ਦਾ ਰੰਗ ਨਹੀਂ ਹੈ, ਚਿੰਤਾ ਦਾ ਰੰਗ ਹੈ, ਚਿਹਰੇ ਤੋਂ ਚਿੰਤਾ ਝਲਕਦੀ ਹੈ ਉਹਨਾਂ ਦੇ। ਜਾਂ ਦਿਲ ਦੇ ਵਿੱਚ ਖਲਬਲੀ ਹੈ, ਖਬਲੀ ਭਿਸ਼ਤ ਮਿਲਣੀ ਹੈ, ਖਬਲੀ ਨਹੀਂ ਮਿਲਣੀ ਤੇ ਚਿੱਤੀ ਹੈ, ਤੇ ਬੇਫਿਕਰੀ ਦੀ ਝਲਕ ਕਿੱਥੋਂ ਹੋਊ? ਬੇਫਿਕਰੀ ਦੀ ਝਲਕ ਜਿਹੜੀ ਉਹ ਹੈਗੀ ਹੈ ਉਹ ਲਾਲ। ਛੋੜ ਕਤੇਬ ਕਰੇ ਸੈਤਾਨੀ, ਕਤੇਬ ਦੇ ਵਿੱਚ ਤਾਂ ਬਹੁਤ ਕੁਛ ਵਧੀਆ ਲਿਖਿਆ ਹੋਇਆ, ਪਰ ਕਤੇਬ ਨੂੰ ਛੱਡ ਦਿੰਦੇ ਨੇ, ਕੋਈ ਸ਼ੈਤਾਨੀ ਕਰਦੇ ਨੇ ਉਹਨਾਂ ਨੇ। ਇਹਨਾਂ ਨੇ ਕਤੇਬ ਛੱਡਤੀ, ਉਹਨਾਂ ਨੇ ਵੇਦ ਛੱਡਤਾ। ਵੇਦ ਔਰ ਕਤੇਬ ਦੋਵੇਂ ਮੰਨੇ ਹੋਏ ਨੇ। ਹਿੰਦੂਆਂ ਨੇ ਵੇਦ ਛੱਡਤਾ, ਮੁਸਲਮਾਨਾਂ ਨੇ ਕਤੇਬ ਛੱਡਤੀ, ਦੋਵੇਂ ਸ਼ੈਤਾਨ ਬਣ ਗਏ। ਜੇ ਕਤੇਬ ਛੱਡਤੀ, ਕੁਰਾਨ ਛੱਡਤੀ, ਫਿਰ ਸ਼ੈਤਾਨ ਹੋ ਤੁਸੀਂ। ਜਿਹੜਾ ਕੁਰਾਨ 'ਤੇ ਪਹਿਰਾ ਨਹੀਂ ਦਿੰਦਾ ਉਹ ਸ਼ੈਤਾਨ ਦੇ, ਜੇ ਕੁਰਾਨ 'ਤੇ ਪਹਿਰਾ ਦੇਵੇ ਫਿਰ ਇਨਸਾਨ ਹੈ, ਫਿਰ ਉਹ ਇਨਸਾਨ ਹੈ, ਫਿਰ ਉਹ ਦੇਵਤਾ, ਫਿਰ ਉਹ ਮੁਸਲਮਾਨ ਹੈ, ਮੁਸਲਮਾਨ ਹੈ। ਜਿਹਦਾ ਇਮਾਨ ਕਾਇਮ ਹੈ ਤਾਂ ਮੁਸਲਮਾਨ ਹੈ, ਜਿਹਦਾ ਇਮਾਨ ਕਾਇਮ ਹੈ ਉਹ ਤੋਂ ਕਿਸੇ ਨੂੰ ਕੋਈ ਖਤਰਾ ਨਹੀਂ ਹੈ। ਇਮਾਨ ਵਾਲੇ ਆਦਮੀ ਤੋਂ ਕਿਸੇ ਨੂੰ ਕੋਈ ਖਤਰਾ ਨਹੀਂ। ਇਮਾਨ ਵਾਲੇ ਆਦਮੀ 'ਤੇ ਹਰ ਕੋਈ ਵਿਸ਼ਵਾਸ ਕਰੂਗਾ, ਕਰਨਾ ਚਾਹੀਦਾ ਵੀ। ਜਿਹੜਾ ਇਮਾਨ ਵਾਲੇ ਆਦਮੀ 'ਤੇ ਵਿਸ਼ਵਾਸ ਨਹੀਂ ਕਰਦਾ ਉਹ ਸ਼ੈਤਾਨ ਹੈ। ਇਮਾਨ ਵਾਲੇ ਆਦਮੀ 'ਤੇ, ਇਮਾਨ 'ਤੇ ਵਿਸ਼ਵਾਸ ਸ਼ੈਤਾਨ ਨਹੀਂ ਕਰਦਾ, ਸ਼ੈਤਾਨ ਨਹੀਂ ਇਮਾਨ 'ਤੇ ਵਿਸ਼ਵਾਸ ਹੋਣ ਦਿੰਦਾ। ਇਮਾਨ 'ਤੇ ਤਾਂ ਵਿਸ਼ਵਾਸ ਹੋਣਾ ਚਾਹੀਦਾ, ਇਮਾਨ ਤੋਂ ਬੜੀ ਸੰਸਾਰ 'ਚ ਕੋਈ ਚੀਜ਼ ਹੀ ਨਹੀਂ, ਸੰਸਾਰ 'ਚ ਇਮਾਨ ਤੋਂ ਬੜੀ ਕੋਈ ਚੀਜ਼ ਨਹੀਂ। ਹਾਂ, ਉਹ ਜਿਹੜਾ ਨਾਮ ਹੈ ਉਹ ਸੱਚਖੰਡ 'ਚ ਹੈ, ਗਾਹਾਂ ਦੀ ਗੱਲ ਇੱਥੇ ਨਹੀਂ ਹੈ, ਉਹ ਗਾਹਾਂ ਹੈ, ਉਹ ਸੱਚਖੰਡ 'ਚ ਹੈ। ਸੰਸਾਰ ਦੇ ਵਿੱਚ ਇਮਾਨ ਤੋਂ ਉੱਪਰ ਕੁਛ ਨਹੀਂ ਹੈ। ਇਸ ਕਰਕੇ ਹਿੰਦੂ ਨੂੰ ਘਟੀਆ ਕਿਹਾ ਗੁਰਬਾਣੀ ਨੇ, ਮੁਸਲਮਾਨ ਨੂੰ ਉਦੋਂ ਵਧੀਆ ਕਿਹਾ। ਗਿਆਨੀ ਜਿਹੜਾ ਹੈ, ਚਾਹੇ ਹਿੰਦੂਆਂ 'ਚੋਂ ਹੈ ਚਾਹੇ ਮੁਸਲਮਾਨਾਂ 'ਚੋਂ ਹੈ, ਉਹ ਉਦੋਂ ਵੀ ਵਧੀਆ। ਜਿਹਨੂੰ ਆਤਮ ਗਿਆਨ ਹੈ, ਆਤਮਦਰਸ਼ੀ ਹੈ, ਉਹ ਚਾਹੇ ਮੁਸਲਮਾਨ ਹੈ ਚਾਹੇ ਹਿੰਦੂਆਂ 'ਚ ਹੈ, ਉਹ ਸਾਰਿਆਂ ਨੂੰ ਵਧੀਆ ਗਿਆਨੀ ਹੈ, ਦੋਹਾਂ 'ਤੇ ਗਿਆਨੀ ਸਿਆਣਾ। ਦੁਨੀਆ ਦੋਸ ਰੋਸ ਹੈ ਲੋਈ, ਆਪਣਾ ਕੀਆ ਪਾਵੈ ਸੋਈ। ਦੁਨੀਆਂ ਦੇ ਵਿੱਚ ਤਾਂ ਦੋਸਤ ਦੂਏ ਨੂੰ ਦਿੰਦੇ ਨੇ, ਆਪਣੇ ਤੇ ਦੋਸਤ ਨਹੀਂ ਕੋਈ ਲੈਂਦਾ। ਰੋਸ ਆਇਆ ਕਿਉਂ ਹੋ ਗਿਆ? ਰੱਬ ਨੇ ਕਹਿਰ ਕਰਤਾ, ਉਹ ਕਰਤਾ,
ਤੈਂ ਕਿਉਂ ਕਰਤਾ ਆਪਣਾ ਨਹੀਂ ਦੋਸਤ ਕੋਈ ਮੰਨਦਾ, ਦੂਜੇ ਤੇ ਰੋਸ ਔਰ ਦੂਜੇ ਤੇ ਦੋਸਤ ਦੇਣ ਦਾ ਨਾ ਦੁਨੀਆ, ਆਪਣੇ ਗਰੇਬਾਨ ਚ ਕੋਈ ਨਹੀਂ ਝੱਕਦਾ, ਦੂਏ ਦੇ ਗਰੇਬਾਨ ਚ ਝੱਕਦਾ, ਇਹ ਦੁਨੀਆ। ਜੇ ਆਪਣੇ ਗਰੇਬਾਨ ਚ ਝੱਕਣ ਲੱਗ ਜਾਣ ਸਾਰੇ ਹੀ ਠੀਕ ਹੋ ਜਾਣ। ਇਸਲਾਮ ਵੀ ਆਪਣੇ ਗਰੇਬਾਨ ਚ ਝੱਕਣ ਦੀ ਗੱਲ ਕਰਦਾ ਹੈ ਤੇ ਗੁਰਬਾਣੀ ਵੀ ਆਪਣੇ ਗਰੇਬਾਨ ਚ ਝੱਕਣ ਦੀ ਗੱਲ ਕਰਦੀ ਹੈ। ਹਰ ਇਨਸਾਨ ਆਪਣੇ ਗਰੇਬਾਨ ਚ ਝੱਕਣ ਦੀ ਗੱਲ ਕਰਦਾ ਹੈ, ਪਰ ਸ਼ੈਤਾਨ ਕਦੇ ਆਪਣੇ ਗਰੇਬਾਨ ਚ ਨਹੀਂ ਝੱਕਦਾ। ਸ਼ੈਤਾਨ ਹੈ ਦੂਏ ਵੱਲ ਉਂਗਲੀ ਕਰਦਾ, ਆਪਣੇ ਵੱਲ ਆਪਣੇ ਗਰੇਬਾਨ ਚ ਨਹੀਂ ਝੱਕਦਾ, ਉਹ ਸ਼ੈਤਾਨ ਹੈ। ਕੋਈ ਝਗੜਾ ਨਹੀਂ ਕਤੇਬ ਦਾ ਔਰ ਵੇਦ ਦਾ, ਕੋਈ ਝਗੜਾ ਨਹੀਂ, ਝਗੜਾ ਸ਼ੈਤਾਨਾਂ ਦਾ ਪਾਇਆ ਹੋਇਆ। ਵੇਦ ਔਰ ਕਤੇਬ ਦਾ ਤਾਂ ਕੋਈ ਝਗੜਾ ਨਹੀਂ, ਗੁਰਬਾਣੀ ਕਹਿੰਦੀ ਹੈ ਵੇਦ ਕਤੇਬ ਕਹੋ ਮਤ ਝੂਠੇ, ਇਹ ਦੋਵੇਂ ਨਹੀਂ ਝੂਠੇ ਹਨ। ਝੂਠਾ ਜੋ ਨਾ ਵਿਚਾਰਿਆ ਸ਼ੈਤਾਨ ਹੈ, ਜਿਹੜਾ ਦੋਹਾਂ ਨੂੰ ਵਿਚਾਰ ਨਹੀਂ ਕਰਦਾ ਉਹ ਸ਼ੈਤਾਨ ਹੈ, ਆਪ ਝੂਠਾ। ਸ਼ੈਤਾਨ ਦਾ ਝਗੜਾ ਪਵਾਇਆ ਹੋਇਆ, ਨਾ ਵੇਦ ਦਾ ਝਗੜਾ ਨਾ ਕਤੇਬ ਦਾ ਝਗੜਾ। ਜਿਹੜੇ ਇਸਲਾਮ ਤੇ ਕਾਇਮ ਆਦਮੀ ਨੇ, ਮੁਸਲਮਾਨ ਨੇ, ਕੈਸੇ ਨੇਕ ਆਦਮੀ ਨੇ, ਕੋਈ ਝਗੜਾ ਨਹੀਂ ਕਿਸੇ ਨੂੰ। ਔਰ ਜਿਹੜੇ ਵੇਦ ਤੇ ਖੜੇ ਨੇ ਹਿੰਦੂ ਨੇ, ਉਹਨਾਂ ਦਾ ਵੀ ਕੋਈ ਝਗੜਾ ਨਹੀਂ। ਸਿੱਖ ਨੇ, ਉਹਨਾਂ ਦਾ ਵੀ ਕੋਈ ਝਗੜਾ ਨਹੀਂ। ਝਗੜਾ ਤਾਂ ਸ਼ੈਤਾਨਾਂ ਦਾ, ਜਿਹੜੇ ਕਹਿੰਦੇ ਨੇ ਰਾਜ ਕਰਨਾ, ਜਿਹਨਾਂ ਦੇ ਅੰਦਰ ਰਾਜ ਤੇ ਮਾਇਆ ਤੇ ਹਾਵੀ ਹੋਣ ਦਾ ਜਿਹਨਾਂ ਦੇ ਅੰਦਰ ਲਾਲਸਾ ਹੈ, ਝਗੜਾ ਉਹਨਾਂ ਦਾ ਪਾਇਆ ਹੋਇਆ। ਆਪਣਾ ਹੁਕਮ ਚਲਾਉਣਾ ਚਾਹੁੰਦੇ ਨੇ, ਜਿਹੜਾ ਮੇਰਾ ਰਾਜ ਹੈ ਤਾਂ ਖਾਲਸੇ ਦਾ ਰਾਜ ਹੈ, ਜੇ ਪ੍ਰਤਾਪ ਜੇ ਬਾਦਲ ਦਾ ਪ੍ਰਕਾਸ਼ ਸਿੰਘ ਦਾ ਰਾਜ ਹੈ ਉਹ ਸਿੱਖ ਨਹੀਂ ਹੋਏਗਾ, ਕਿਉਂ ਵੀ ਉਹ ਕਹਿੰਦੇ ਨਹੀਂ ਸਿੱਖ। ਮਨਮੋਹਨ ਸਿੰਘ ਦਾ ਰਾਜ ਹੈ ਤਾਂ ਨਹੀਂ ਖਾਲਸੇ ਦਾ ਰਾਜ, ਹਾਂ ਮੇਰਾ ਰਾਜ ਹੈ ਤਾਂ ਖਾਲਸੇ ਦਾ ਰਾਜ ਹੈ। ਇਹ ਸ਼ੈਤਾਨ ਨੇ, ਸਭ ਇਹ ਲੋਕ ਸ਼ੈਤਾਨ ਨੇ। ਇਨਸਾਫ ਦਾ ਰਾਜ ਹੈ ਤਾਂ ਖਾਲਸੇ ਦਾ ਕਿਸੇ ਦਾ ਹੋਵੇ, ਕੋਈ ਹੋਵੇ, ਤੁਸੀਂ ਕਹੋ ਇਨਸਾਫ ਦਾ ਰਾਜ ਹੈ, ਹੱਕ ਇਨਸਾਫ ਦਾ ਰਾਜ ਹੈ, ਕੋਈ ਬੈਠੇ ਰਾਜੇ ਦਾ ਕੀ ਹੈ, ਸੱਚ ਹੱਕ ਇਨਸਾਫ ਦਾ ਰਾਜ ਹੋਵੇ, ਕਿਸੇ ਦਾ ਹੋਵੇ, ਉਹ ਰਾਜਾ ਤਾਂ ਸਗਲ ਪ੍ਰਜਾ ਤੇ ਰਾਜਾ ਦੁਖੀਆ ਰਹੂਗਾ। ਅੱਜ ਮਨਮੋਹਨ ਸਿੰਘ ਪੁੱਛ ਕੇ ਦੇਖ ਲਓ, ਦੁਖੀ ਹੈ ਅੰਦਰੋਂ, ਚੰਗਾ ਰਾਜ ਉਹਦੇ ਗੱਲ ਪਿਆ ਹੋਇਆ, ਉਹ ਅੰਦਰੋਂ ਦੁਖੀ ਹੈ, ਅੰਦਰੋਂ ਰਾਜ ਨਹੀਂ ਚਾਹੁੰਦਾ, ਪਰ ਛੱਡ ਵੀ ਨਹੀਂ ਸਕਦਾ, ਛੱਡਿਆ ਹੋਇਆ ਉਹਨਾਂ ਦੇ ਹੱਥ ਚਲਿਆ ਜਾਊ ਜਿਹੜੇ ਦੁਨੀਆਂ ਨੂੰ ਮਰਵਾ ਦੇਣਗੇ। ਉਹਦਾ ਅੱਜ ਛੱਡਣਾ ਖਤਰਨਾਕ ਹੈ ਦੇਸ਼ ਵਾਸਤੇ, ਬਦਨਾਮੀ ਲੈਣੀ ਹੀ ਭਗਤੀ ਹੈ ਉਹਦੀ, ਬਦਨਾਮੀ ਲੈ ਕੇ ਰਾਜ ਕਰ ਰਿਹਾ, ਨਹੀਂ ਉਹਨਾਂ ਲੋਕਾਂ ਦੇ ਹੱਥ ਰਾਜ ਲੈ ਜਾਊ ਜਿਹੜੇ ਇਦੋਂ ਵੀ ਦੁਨੀਆਂ ਨੂੰ, ਹਿੰਦੁਸਤਾਨ ਨੂੰ ਲੜਾ ਕੇ ਮਰਵਾ ਦੇਣਗੇ, ਮਰਵਾ ਦਿੰਦੇ, ਖੂਨ ਖਰਾਬੇ ਕਰਵਾ ਦਿੰਦੇ। ਤੂੰ ਦਾਤੇ ਹਮ ਸਦਾ ਭਿਖਾਰੀ, ਦਿਓ ਜਵਾਬ ਹੋਏ ਬਜਗਾਰੀ। ਤੂੰ ਦਾਤਾ ਹੈ ਪਰਮੇਸ਼ਰ, ਤੂੰ ਦਾਤਾ ਹੈ, ਮੈਂ ਆਪਦੀ ਤਾਂ ਸਦਾ ਹੀ ਭਿਖਾਰੀ ਰਹੇ ਹਾਂ, ਜਦੋਂ ਜੰਮੇ ਆ ਜਨਮ ਮਰ ਪਏ ਹਾਂ ਭਿਖਾਰੀ ਹੋਈ ਹਾਂ, ਤੂੰ ਜਵਾਬ ਦੇ ਇਹਦਾ, ਤੂੰ ਸਾਨੂੰ ਗੁਰਸਦੇ ਰਾਹ ਪਾ, ਇਹ ਤੇਰੀ ਜਿਹੜੀ ਬਾਜੀਗਰੀ ਹੈ ਸਾਨੂੰ ਸਮਝ ਨਹੀਂ ਆਉਂਦੀ ਇਹ ਗੱਲ, ਇਹ ਰੋਸ ਦੋਸ ਦੂਏ ਨੂੰ ਦੇਈ ਜਾਂਦੇ ਨੇ ਲੋਕ, ਇਹ ਜਿਹੜੇ ਆਪਣੇ ਅੰਦਰ ਨਹੀਂ ਝਾਕਦੇ, ਇਹ ਤਾਂ ਕਿਹੜਾ ਜਾਦੂ ਇਹਨਾਂ 'ਤੇ ਚਲਾਇਆ ਹੋਇਆ, ਤੂੰ ਦੇ ਜਵਾਬ, ਤੂੰ ਇਹਨਾਂ 'ਤੇ, ਤੂੰ ਸਿੱਧੇ ਰਾਹ ਪਾ ਇਹਨਾਂ ਨੂੰ, ਤੂੰ ਹੀ ਪਾ ਸਕਦਾ, ਅਸੀਂ ਤਾਂ ਕੁਛ ਨਹੀਂ ਕਰ ਸਕਦੇ। ਮਜਲਿਸ ਦੂਰ ਮਹਿਲ ਕੋ ਪਾਵੇ, ਤੂੰ ਹੀ ਕਿਰਪਾ ਕਰ, ਤੂੰ ਕਿਰਪਾ ਸੰਸਾਰ ਨੂੰ ਸਿੱਧੇ ਰਾਹ ਤੂੰ ਹੀ ਪਾ ਸਕਦਾ, ਘੱਟ ਘੱਟ ਦੇ ਵਿੱਚ ਤੂੰ ਬਸਦਾ, ਤੂੰ ਕਰ ਸਕਦਾ ਸਭ ਕੁਛ,
ਪਰ ਹਾਲੇ ਤੂੰ ਚਾਹੁੰਦਾ ਨਹੀਂ, ਤਮਾਸ਼ਾ ਦੇਖਦਾ। ਦਸਮ ਪਾਤਸ਼ਾਹ ਨੇ ਕਿਹਾ ਨਾ, ਬੈਰ ਬੜਾਏ ਲੜਾਏ ਸੁਰਾਸੁਰ ਆਪ ਦੇਖ ਤੇ ਬੈਠ ਤਮਾਸ਼ਾ। ਸੁਰ ਔਰ ਅਸੁਰ, ਦੇਵਤੇ ਔਰ ਰਾਕਸ਼, ਸ਼ੈਤਾਨ ਔਰ ਇਨਸਾਨ ਦੋ ਪੈਦਾ ਕਰਕੇ ਦੋਹਾਂ ਝਗੜਾ ਪਵਾ ਕੇ ਆਪ ਤਮਾਸ਼ਾ ਦੇਖਦਾ ਬੈਠਾ। ਅੱਡ ਤੂੰ ਅਜੇ ਤਮਾਸ਼ਾ, ਤੈਨੂੰ ਦੇਖਣਾ ਤਮਾਸ਼ਾ ਦੇਖ ਰਿਹਾ ਤੂੰ, ਹੱਸਦਾ ਦੂਰ ਬੈਠਾ। ਜਦ ਚਾਹੇਗਾ ਡੋਰ ਖਿੱਚੇਗਾ, ਜਦੋਂ ਠੀਕ ਕਰਦੇ, ਜਦ ਤੂੰ ਚਾਹੇਗਾ ਹਵਾ ਹੀ ਅਸੀਂ ਪੈਦਾ ਕਰ ਦੇਗਾ ਤੇਰੇ ਹੱਥ 'ਚ, ਹਵਾ ਹੀ ਅਸੀਂ ਚਲਾ ਦੇਗਾ, ਸਾਰੇ ਆਪੇ ਸੱਚ ਨੂੰ ਮੰਨ ਲੈਣਗੇ। ਹਾਲੇ ਤੇਰੀ ਰਜ਼ਾ ਹੀ ਤਮਾਸ਼ਾ ਦੇਖਣ ਦੀ ਹੈ, ਤੇਰੀ ਇੱਛਾ ਹੀ ਤਮਾਸ਼ਾ ਦੇਖਣ ਦੀ ਹੈ। ਇਹ ਲੜਦੇ ਨੇ, ਬਹੁਤੇ ਅਕਲਮੰਦ ਬਣਦੇ ਨੇ, ਤੈਨੂੰ ਕੋਈ ਸਿਆਣਦਾ ਨਹੀਂ। ਤੂੰ ਕਹਿੰਦਾ ਨਹੀਂ ਸਿਆਣਦੇ ਨਾ ਸੀ, ਦੇਖੋ ਸਵਾਲ, ਤੁਸੀਂ ਆਪਸ ਵਿੱਚ ਹੀ ਲੜੀ ਜਾਓ, ਆਪਸ ਵਿੱਚ ਹੀ ਲੜੀ ਜਾਂਦੇ ਨੇ, ਮਰੀ ਜਾਂਦੇ ਨੇ, ਜੰਮੀ ਜਾਂਦੇ ਨੇ, ਹੱਡ ਦੀਆਂ ਟਿੰਡਾਂ ਮਾ ਘੁੰਮੀ ਜਾਂਦੇ ਨੇ, ਦਾਣਾ ਪਾਣੀ ਤਾਂ ਸਾਰਿਆਂ ਦਾ ਇਕੱਠਾ ਹੀ ਪਾਤਾ, ਤੇਰੇ ਘਰੋਂ ਕਿਹੜਾ ਕੁਛ ਘੜਦਾ। ਤੂੰ ਇਹਨਾਂ ਦਾ ਤਮਾਸ਼ਾ ਦੇਖਦਾ। ਦਿਓ ਜਵਾਬ ਹੋਏ ਬਜਗਾਰੀ, ਬਜਗਾਰੀ ਬਾਜੀਗਰੀ। ਅੱਛਾ, ਮੇਰਾ ਮੇਰਾ ਮਨ ਪਲਟ ਜਾਵੇ, ਜਿਵੇਂ ਪਲਟ ਜਾਣ ਬਜੀਗਰ ਹੁੰਦਾ, ਪਲਟ ਜਾਣ। ਹਾਂਜੀ ਹਾਂ, ਠੀਕ, ਛਾਲ ਮਾਰ ਕੇ ਪੁੱਠੀ ਸਿੱਧੇ ਪੈਰਾਂ ਤੇ ਆ ਜਾ। ਅੱਛਾ, ਮੇਰਾ ਹੋ ਜਾਏ, ਮੇਰਾ ਪਲਟ ਜਾ, ਸਾਰੇ ਪਲਟ ਜਾਣ। ਠੀਕ ਹੈ, ਹੋਏ ਬਜਗਾਰੀ, ਮਤਲਬ ਸਾਰੇ ਪਲਟ ਜਾਣ, ਦੁਨੀਆਂ ਹੀ ਪਲਟ ਜਾਵੇ, ਸਾਰੀ ਚੰਗੀ ਹੋ ਜਾਵੇ ਦੁਨੀਆਂ। ਠੀਕ ਹੈ, ਇਹ ਮੈਨੂੰ ਜਵਾਬ ਦਿਓ, ਇਹ ਜਿਹਦੇ ਨਾਲ ਇਹ ਸਾਰੀ ਦੁਨੀਆਂ ਹੀ ਪਲਟ ਜਾਵੇ, ਦੂਸਰੋ ਛੱਡ ਦੇਣ। ਹਾਂ, ਦੂਸਰੋ ਛੱਡ ਦੇਣ। ਠੀਕ, ਐਸਾ ਮੈਨੂੰ ਕੋਈ ਮੰਤਰ ਦੱਸ ਵੀ ਜਿਹਦੇ ਨਾਲ ਦੁਨੀਆਂ ਸਾਰੀ ਉਹ ਪਲਟ ਜਾਵੇ, ਇਹ ਪੁੱਠੇ ਕੰਮ ਛੱਡ ਕੇ ਸਿੱਧੇ ਰਾਹ ਜਾਣ। ਐਸੀ ਕੋਈ ਕਲਾ ਮੈਨੂੰ ਦੱਸ, ਜੁਗਤੀ ਤੂੰ ਨਹੀਂ ਕਰਨੀ ਚਾਹੁੰਦਾ, ਮੈਨੂੰ ਦੱਸ ਦੇ, ਮੈਂ ਛੱਡਾ ਦਿੰਦਾ ਇਹਨਾਂ ਤੇ। ਨਾਨਕ ਵੀ ਕਹਿੰਦਾ ਨਾ, ਇਹ ਗੱਲ ਭਗਤ ਕਹਿੰਦੇ ਨੇ, ਸਾਰੇ ਕਹਿੰਦੇ ਨੇ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਆਹ ਗੱਲ ਹੈ, ਆਹ ਭਾਵਨਾ। ਇਹਨੂੰ ਗੁਰੂ ਨਾਨਕ ਨੇ ਇਸ ਢੰਗ ਨਾਲ ਕਿਹਾ, ਜਗਤ ਜਲੰਦਾ, ਜਗਤ ਜਲੰਦਾ ਵਿਚਾਰਾ, ਇਹਨੂੰ ਰੱਖ ਲੈ, ਕਾਹਨੂੰ ਲੜਾਈ ਜਾਂਦਾ, ਭੇਲੀ ਸਿੱਟਦੀ ਬਾਂਦਰ ਦੇ ਵਿੱਚ ਕੋਲ ਰੱਖਦੇ ਡੰਡੇ, ਉਹ ਡੰਡਿਆਂ ਨਾਲ ਸਿਰ ਪਾੜੀ ਜਾਂਦੇ ਨੇ ਇੱਕ ਦੂਜੇ ਦਾ, ਭੇਲੀ ਉੱਥੇ ਹੀ ਹੈ। ਇਹ ਦੁਨੀਆਂ ਦਾ ਰਾਜ ਤਾਂ ਭੇਲੀ ਆ, ਬਾਂਦਰਾਂ ਚ ਡੰਡੇ ਰੱਖੇ ਨੇ, ਭੇਲੀ ਹੈ, ਭੇਲੀ ਜਿਹੜਾ ਚੱਕਦਾ ਦੂਏ ਚੱਕ ਕੇ ਡੰਡੇ ਫਾੜ ਫਾੜ ਸਰ ਚ, ਇਹ ਰਾਜ ਇੱਥੇ ਹੀ ਰਹਿੰਦਾ, ਧਰਤੀ ਇੱਥੇ ਹੀ ਰਹਿਣੀ ਹੈ। ਕਈ ਆਏ, ਕਈ ਰਾਜ ਕਰਕੇ, ਕਈ ਚਲੇ ਗਏ ਬੜੇ ਬੜੇ, ਉਹਨਾਂ ਦਾ ਨੌਮ ਨਹੀਂ, ਧਰਤੀ ਉੱਥੇ ਹੀ ਪਈ ਹੈ। ਤਾਨਾ ਔਰ ਭੂਮ ਪੁਰਾਤਨ ਬੈਰਾ, ਤਾਨਾ ਔਰ ਭੂਮ ਕਰਕੇ ਬੈਰ ਹੈ ਲੋਕਾਂ ਦਾ, ਕਾਹਦਾ ਬੈਰ, ਤਾਂ ਕੋ ਉਹ ਜਗਤ ਕਰ ਘੇਰਾ, ਇਹਦਾ ਘੇਰਾ ਪਾਉਂਦਾ ਪਾਉਂਦਾ ਹੀ ਘੇਰਾ ਕਰਦਾ ਕਰਦਾ ਜਗਤ ਮਰਦਾ ਚਲਿਆ ਜਾਂਦਾ, ਇਹ ਭੇਲੀ ਉੱਥੇ ਹੀ ਪਈ ਹੈ। ਬਾਂਦਰ ਲੜ ਕੇ ਸਿਰ ਪੜਾ ਕੇ ਚਲੇ ਜਾਂਦੇ ਨੇ, ਇਹ ਭੇਲੀ ਉੱਥੇ ਹੀ ਪਈ ਹੈ, ਭੇਲੀ ਨਹੀਂ ਕਿਤੇ ਗਈ ਹੈ। ਇਹ ਗੱਲ, ਇਹ ਭਾਵਨਾ ਇਹ ਕਹਿ ਰਿਹਾ ਵੀ ਮੈਨੂੰ ਐਂ ਲੱਗਦਾ, ਮੇਰੀ ਇੱਛਾ ਇਹ ਹੈ, ਤੂੰ ਬਾਜੀ ਕਰੀ ਆਪਣੀ ਜਿਹੜੀ ਪੁੱਠੀ ਕਰੀ ਹੈ ਨਾ ਛਾਲ, ਸਿੱਧਾ ਪੈਰਾਂ 'ਤੇ ਖੜਾ ਹੋ ਜਾ। ਇਹਨਾਂ ਦੀ ਮੱਤ ਪੁੱਠੀ ਕਰੀ ਹੈ, ਸਿੱਧੀ ਕਰਦੇ ਹੁਣ ਅਰਦਾਸ ਕਰ ਰਹੇ। ਦਾਸ ਕਬੀਰ ਤੇਰੀ ਪਨਹਿ ਸਮਾਨਾ, ਭਿਸਤ ਨਜ਼ੀਕ ਰਾਖ ਰਹਿਮਾਨਾ। ਜਿੱਥੇ ਤੱਕ ਭਿਸਤ ਦੀ ਗੱਲ ਹੈ, ਭਿਸਤ ਤਾਂ ਮੈਨੂੰ ਚਾਹੀਦੀ, ਕਬੀਰ ਕਹਿੰਦਾ ਇਹਨੂੰ ਆਪਣੇ ਕੋਲੇ ਰੱਖ। ਜਿੱਥੇ ਤੱਕ ਭਿਸਤ ਦੀ ਗੱਲ ਹੈ, ਇਹ ਤਾਂ ਤੂੰ ਆਪਣੀ ਨੂੰ ਆਪਣੇ ਕੋਲੇ ਰੱਖ। ਦਾਸ ਕਬੀਰ ਤਾਂ ਤੇਰੀ ਸ਼ਰਨ ਵਿੱਚ ਸਮਾ ਗਿਆ,
ਤੇਰੀ ਪਨਾਹ ਦੇ ਵਿੱਚ ਤੇਰੀ ਛੰਡ ਲੈ ਲਈ, ਮੈਨੂੰ ਭਿਸ਼ਤ ਦੀ ਲੋੜ ਨਹੀਂ, ਭਿਸ਼ਤ ਨੂੰ ਆਪਣੀ ਨੂੰ ਤੂੰ ਆਪਣੇ ਕੋਲੇ ਰੱਖ, ਤੇਰੀ ਪਨਾਹ 'ਚ ਸਮਾ ਗਿਆ ਦਾਸ ਕਬੀਰ। ਯਾਨੀ ਭਿਸ਼ਤ ਨਾ ਹੋ, ਉਹਦੀ ਪਨਾਹ ਜਿਹੜੀ ਹੈ ਇਹ ਜ਼ਿਆਦਾ ਕੀਮਤੀ ਹੈ। ਉਹਦੇ ਭਾਣੇ 'ਚ ਰਹਿਣਾ, ਉਹਦੇ ਤੇਰੇ ਭਾਣੇ 'ਚ ਰਹਿਣਾ, ਤੇਰੇ ਹੁਕਮ 'ਚ ਰਹਿਣਾ 'ਚ ਸੁੱਖ ਹੈ। ਭਿਸ਼ਤ 'ਚ ਮੈਨੂੰ ਨਹੀਂ ਪਤਾ ਸੁੱਖ ਹੈ ਕਿ ਦੁੱਖ ਹੈ, ਭਿਸ਼ਤ ਕੀ ਹੁੰਦੀ ਹੈ, ਕਿਹੋ ਜਿਹੀ ਹੁੰਦੀ ਹੈ, ਭਿਸ਼ਤ ਬਾਰੇ ਮੈਨੂੰ ਸ਼ੰਕਾ, ਉੱਥੇ ਕੀ ਹੋਊ ਕੀ ਨਹੀਂ ਹੋਊ। ਤੇਰੀ ਪਨਾਹ ਮੈਂ ਦੇਖ ਲਈ, ਇੱਥੇ ਬੜਾ ਸੁੱਖ ਹੈ, ਮੈਨੂੰ ਇੱਥੇ ਰੱਖੀ। ਜੇ ਤੂੰ ਚੰਗੀ ਵੀ ਹੈ ਭਿਸ਼ਤ, ਤੂੰ ਆਪਣੇ ਕੋਲੇ ਰੱਖ, ਚੰਗਾ। ਜੇ ਤੋ ਚੰਗੀ ਵੀ ਭਿਸ਼ਤ ਹੈ ਨਾ, ਤੂੰ ਆਪਣੀ ਕੋਲੇ ਰੱਖ, ਮੈਨੂੰ ਭਿਸ਼ਤ ਦੀ ਲੋੜ ਨਹੀਂ। ਮੈਂ ਜਿਹੜੀ ਸਟੇਜ 'ਚ ਬੈਠਾ, ਜਿਹੜੀ ਅਵਸਥਾ 'ਚ ਮੈਂ ਹਾਂ, ਮੈਨੂੰ ਇਸੇ ਅਵਸਥਾ 'ਚ ਰੱਖ। ਆਪਣੀ ਭਿਸ਼ਤ ਤੇਰੀ ਜੇ ਚੰਗੀ ਵੀ ਹੈ, ਤੂੰ ਕੋਲੇ ਰੱਖ ਉਹਨੂੰ ਆਪਣੀ। ਇਹਨਾਂ ਨੂੰ ਦੇ ਦੀ ਜਿਹੜੇ ਭਿਸ਼ਤ ਮੰਗਦੇ ਜੇ, ਉਹ ਵੈਸੇ ਦੋਸ਼ ਕੌਰ ਭਿਸ਼ਤ ਨੂੰ, ਕੌਣ ਨਰਕ ਕੌਣ ਕੋ ਸੁਰਗ ਵਿਚਾਰਾ, ਸੰਤਨ ਤੋਂ ਰਾਦੇ। ਕਬੀਰ ਨੇ ਵੀ ਕਹਿਤਾ, ਸੰਤਾਂ ਨੇ ਦੋਹੇ ਰੱਦ ਕਰਤੇ, ਨਾ ਕੋਈ ਭਿਸ਼ਤ ਹੈ, ਨਾ ਕੋਈ ਸੁਰਗ ਹੈ, ਨਾ ਕੋਈ ਨਰਕ। ਇਹ ਹੁੰਦੀ ਨਹੀਂ, ਇਹ ਫਰਜ਼ੀ ਗੱਲਾਂ ਨੇ, ਇਹ ਫਰਜ਼ ਹੈ, ਕੁਛ ਨਹੀਂ।